ਕਿ ਸਾਡੇ ਪੰਜਾਬ ਦੀ ਝਾਕੀ, ਪੰਜਾਬ ਦੇ ਵਿਰਸੇ ਨੂੰ ਦਰਸਾਉਂਦੀ ਝਾਕੀ, ਕਿ ਗਣਤੰਤਰ ਦਿਵਸ ਦੇ ਵਿੱਚ ਦਿੱਲੀ ਦੇ ਵਿੱਚ ਸਾਡੀ ਰਾਜਧਾਨੀ ਦੇ ਵਿੱਚ ਜੋ ਗਣਤੰਤਰ ਦਿਵਸ ਮਨਾਇਆ ਜਾਂਦਾ ਉਹਦੇ ਵਿੱਚ ਪੰਜਾਬ ਸੂਬੇ ਦੀਆਂ ਝਾਕੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਦੇਸ਼ ਦੇ ਸਾਹਮਣੇ ਰੱਖਿਆ ਜਾਵੇ। ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਚਾਹੇ ਸਾਡੀ ਝਾਕੀ ਰਾਸ਼ਟਰੀ ਗਣਤੰਤਰ ਦਿਵਸ ਦੇ ਉੱਤੇ ਨਹੀਂ ਲਾਈ ਗਈ, ਨਹੀਂ ਦੇਖ ਸਕੇ ਲੋਕ, ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਵੱਖ ਵੱਖ ਸ਼ਹਿਰਾਂ ਦੇ ਵਿੱਚ, ਵੱਖ ਵੱਖ ਪਿੰਡਾਂ ਦੇ ਵਿੱਚ ਇਹ ਝਾਕੀ ਜਿਹੜੀ ਆ ਉਹ ਜ਼ਰੂਰ ਦਿਖਾਵਾਂਗੇ। ਸਾਡਾ ਭਾਰਤ ਦੇਸ਼ ਦਾ ਗਣਤੰਤਰ ਦਿਵਸ ਜਿਹੜਾ ਆ ਉਹ ਮਨਾਇਆ ਜਾਂਦਾ ਹੈ। ਇਸ ਵਾਰੀ ਅਸੀਂ 75ਵਾਂ ਆਪਣਾ ਗਣਤੰਤਰ ਦਿਵਸ ਜਿਹੜਾ ਮਨਾਇਆ ਸੀਗਾ, ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਪੰਜਾਬ ਦੀ ਝਾਕੀ, ਪੰਜਾਬ ਦੇ ਵਿਰਸੇ ਨੂੰ ਦਰਸਾਉਂਦੀ ਝਾਕੀ, ਪੰਜਾਬ ਦਾ ਆਜ਼ਾਦੀ ਸੰਘਰਸ਼ ਦੇ ਵਿੱਚ ਕੀ ਯੋਗਦਾਨ ਰਿਹਾ ਆ ਉਹਨੂੰ ਦਰਸਾਉਂਦੀ ਝਾਕੀ, ਮਾਈ ਭਾਗੋ ਜੀ ਦੀ ਨਾਰੀ ਸ਼ਕਤੀਕਰਨ ਦੀ ਜਿਹੜੀ ਦਰਸਾਉਂਦੀ ਝਾਕੀ, ਪੰਜਾਬ ਦਾ ਅਮੀਰ ਸੱਭਿਆਚਾਰ ਜਿਹੜਾ ਉਹਨੂੰ ਦਰਸਾਉਂਦੀ ਝਾਕੀ, ਅਸੀਂ ਸਾਰਾ ਬਹੁਤ ਇੱਕ ਵੈਲ ਪਲਾਨਡ ਤਰੀਕੇ ਦੇ ਨਾਲ ਇਹ ਝਾਕੀਆਂ ਪੰਜਾਬ ਸਰਕਾਰ ਨੇ ਤਿਆਰ ਕਰਵਾ ਕੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਭੇਜੀਆਂ ਸੀਗੀਆਂ ਕਿ ਗਣਤੰਤਰ ਦਿਵਸ ਦੇ ਵਿੱਚ ਦਿੱਲੀ ਦੇ ਵਿੱਚ ਸਾਡੀ ਰਾਜਧਾਨੀ ਦੇ ਵਿੱਚ ਜੋ ਗਣਤੰਤਰ ਦਿਵਸ ਮਨਾਇਆ ਜਾਂਦਾ ਉਹਦੇ ਵਿੱਚ ਪੰਜਾਬ ਸੂਬੇ ਦੀਆਂ ਝਾਕੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਦੇਸ਼ ਦੇ ਸਾਹਮਣੇ ਰੱਖਿਆ ਜਾਵੇ, ਪਰ ਅਜਿਹਾ ਨਹੀਂ ਕੀਤਾ ਗਿਆ। ਐਵੇਂ ਗਲਤ ਗੱਲਾਂ ਕਰਕੇ ਕਿ ਇਹਦੇ ਉੱਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਫੋਟੋ ਆ ਜਾਂ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਫੋਟੋ ਆ, ਜਦਕਿ ਇਹੋ ਜਿਹੀ ਕੋਈ ਵੀ ਗੱਲ ਨਹੀਂ ਸੀਗੀ। ਅਸੀਂ ਤਾਂ ਇੱਕ ਸੂਬੇ ਨੂੰ, ਸੂਬੇ ਦੇ ਵਿਰਸੇ ਨੂੰ ਦਰਸਾਉਂਦੀ ਹੋਈ ਝਾਕੀ ਜਿਹੜੀ ਆ ਉੱਥੇ ਭੇਜੀ ਸੀਗੀ, ਪਰ ਬਿਨਾਂ ਵਜ੍ਹਾ ਕਰਕੇ ਜਿਹੜਾ ਆ ਉਹ ਸਾਡੀ ਝਾਕੀ ਉੱਥੇ ਰਿਜੈਕਟ ਕੀਤੀ ਗਈ। ਸੋ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਚਾਹੇ ਸਾਡੀ ਝਾਕੀ ਰਾਸ਼ਟਰੀ ਗਣਤੰਤਰ ਦਿਵਸ ਦੇ ਉੱਤੇ ਨਹੀਂ ਲਾਈ ਗਈ, ਨਹੀਂ ਦੇਖ ਸਕੇ ਲੋਕ, ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਵੱਖ ਵੱਖ ਸ਼ਹਿਰਾਂ ਦੇ ਵਿੱਚ, ਵੱਖ ਵੱਖ ਪਿੰਡਾਂ ਦੇ ਵਿੱਚ ਇਹ ਝਾਕੀ ਜਿਹੜੀ ਆ ਉਹ ਜ਼ਰੂਰ ਦਿਖਾਵਾਂਗੇ। ਸੋ ਅੱਜ ਇਹ ਜਿਹੜੀ ਪੰਜਾਬੀ ਵਿਰਸੇ ਨੂੰ, ਪੰਜਾਬ ਦੀ, ਪੰਜਾਬੀਆਂ ਦੀ ਆਜ਼ਾਦੀ ਸੰਘਰਸ਼ ਦੇ ਵਿੱਚ ਪਾਏ ਯੋਗਦਾਨ ਨੂੰ ਦਰਸਾਉਂਦੀ ਝਾਕੀ ਜਿਹੜੀ ਆ ਅੱਜ ਜੰਡਿਆਲਾ ਗੁਰੂ ਦੇ ਵਿੱਚ ਜਿਹੜੀ ਆ ਉਹ ਪਹੁੰਚੀ ਆ। ਸਾਡੇ ਜੰਡਿਆਲਾ ਗੁਰੂ ਦੇ ਪਤਵੰਤੇ ਸੱਜਣ, ਸਾਡੇ ਸਕੂਲਾਂ ਦੇ ਬੱਚੇ, ਸਾਡੇ ਬਹੁਤ ਸਤਿਕਾਰਯੋਗ ਅਧਿਆਪਕ ਸਾਹਿਬਾਨ ਜਾਂ ਬਾਕੀ ਸਾਰੇ ਲੋਕ ਜਿਹੜੇ ਨੇ ਉਹ ਇਹ ਆਜ਼ਾਦੀ ਦੇ ਸੰਘਰਸ਼ ਨੂੰ ਦਰਸਾਉਂਦੀ ਝਾਕੀ ਜਿਹੜੀ ਆ ਉਹ ਵੇਖਣ ਵਾਸਤੇ ਇੱਥੇ ਪਹੁੰਚੇ ਨੇ। ਤੁਸੀਂ ਸਾਰੇ ਹੀ ਦੇਖ ਸਕਦੇ ਹੋ ਕਿ ਜਲਿਆਂਵਾਲੇ ਬਾਗ ਦੀ ਜਿਹੜੀ ਸੀਗੀ ਉਹਨਾਂ ਨੂੰ ਦਰਸਾਉਂਦੀ ਝਾਕੀ ਆ। ਸਾਡੇ ਸਾਰੇ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੀਆਂ ਬਕਾਇਦਾ ਅਸੀਂ ਤਸਵੀਰਾਂ ਲਾ ਕੇ ਝਾਕੀ ਜਿਹੜੀ ਆ ਉਹ ਤਿਆਰ ਕੀਤੀ ਸੀਗੀ। ਸੋ ਇਹ ਉਪਰਾਲਾ ਅਸੀਂ ਜਿਹੜਾ ਆ ਉਹ ਕਰ ਰਹੇ ਹਾਂ ਕਿ ਪੰਜਾਬ ਦੇ ਲੋਕ ਜ਼ਰੂਰ ਜਿਹੜੇ ਆ ਉਹ ਝਾਕੀ ਜਿਹੜੀ ਆ ਉਹ ਦੇਖ ਸਕਣ। ਸੋ ਅਸੀਂ ਇਹ ਜਿਹੜੀ ਆ ਉਹ ਝਾਕੀ ਵੱਖ ਵੱਖ ਥਾਵਾਂ 'ਤੇ ਦਿਖਾ ਰਹੇ ਹਾਂ। ਬਹੁਤ ਬਹੁਤ ਧੰਨਵਾਦ।